जालंधर की मकसूदा सब्जी मंडी में उस समय दहशत का माहौल बन गया जब सब्जी मंडी के कुएं में से एक व्यक्ति की लाश मिली। इस दौरान वहां पर मौजूद प्रवासी मजदूरों ने कहा कि जब वे इस कुएं में पानी चलाने के लिए मशीन चालू करने आए तो उन्होंने एक व्यक्ति की लाश तैरती हुई देखी, जिसके बाद उन्होंने इसकी शिकायत तुरंत थाना 1 की पुलिस को दी। उसके बाद पुलिस ने मौके पर पहुंचकर शव को कुएं में से निकालने का कार्य शुरू किया। वहां पर मौजूद लोगों ने कहा कि यहां पर रात के 1 बजे तक लोग घूमते रहते हैं और कई बार शराब पीकर भी यहां से निकलते हैं, इसलिए उन्होंने पुलिस प्रशासन पर यहां पर सख्ती बढ़ाने की मांग की है। फिलहाल मृतक की पहचान नहीं हो पाई है। पुलिस ने मृतक की देह को पोस्टमार्टम के लिए सिविल अस्पताल भिजवा दिया है। फिलहाल पुलिस मामले की जांच कर रही है। वहीं इसी दौरान थाना 1 के ASI नशे की हालत में लग रहे थे। जालंधर से पंकज शर्मा की रिपोर्ट। इंद्रजीत सिंह नागरा प्रधान, मैं सब्जी मंडी जालंधर। गल इदा हुई कि मैंने सवेरे पता लगा कि इतने कोई डेड बॉडी पई है। मैं मौके पर आके देखी जो डेड बॉडी पानी दे खूह दे विच सी। अगे भी एक साल पहले इदा ही सानू डेड बॉडी परले खूह चो मिली सी। जो मौके पर आके देखी तो इतने डेड बॉडी ये सी। प्रवासी कोई मेरा मजदूर आ जिहदे कोई माड़ा मोटा ज लड़ाई झगड़ा जा उहदा डिग गया शराब शरूब पी के। पिछली वारी भी इदे सानू नठे जांदे दी बॉडी मिली सी, उह वी इदा डिग्गिया सी। ते उस तों बाद हैगी आ निशान, इदा लगदा कि किते लल उड के नापस विच इहनां ने किसे ने सिटिया होवे। मैनूं तां इदा लगदा। ਉਹ ਕਹਿੰਦੇ ਜਾ ਕੇ ਕੋਈ ਉਹ ਜਾਂ ਕੋਈ ਅਫਸਰ ਭੇਜਦੇ ਆ। ਉਹ ਫਿਰ ਬਾਅਦ ਘੰਟੇ ਕੁ ਬਾਅਦ ਆਏ ਤੇ ਜਦੋਂ ਹਾਲਾਤ ਤੁਸੀਂ ਦੇਖ ਹੀ ਲਿਆ ਯਾਰ, ਸਾਰੇ ਭਰਾ ਹੋ ਤੁਸੀਂ ਦੇਖ ਹੀ ਲਿਆ ਹਾਲਾਤ, ਤੁਸੀਂ ਵੀ ਦੱਸ ਦਿਓ। ਦੇਖੋ ਜੋ ਵੀ ਸਾਡਾ ਅਸੀਂ ਸੇਵਾਦਾਰ ਆ, ਸਾਨੂੰ ਇਸ ਹਾਲਾਤ 'ਚ ਨਹੀਂ ਆਉਣਾ ਚਾਹੀਦਾ। ਸਾਡੀ ਵੀ ਮਾੜੀ ਮੋਟੀ ਸ਼ਰਾਬ ਸ਼ਰੂਬ ਸੀਗੀ ਉਹਨਾਂ ਦੇ ਬੈਗ ਦੇ ਵਿੱਚ, ਕੋਈ ਪੀਤੀ ਹੋਣੀ ਮੈਂ ਤਾਂ ਪੀਂਦਾ ਹੀ ਨਹੀਂ ਜੀ। ਮੈਨੂੰ ਤਾਂ ਪਤਾ ਨਹੀਂ, ਤੁਹਾਨੂੰ ਇਹ ਲੱਗਦਾ ਪੁਲਿਸ ਪ੍ਰਸ਼ਾਸਨ ਦੇ ਉੱਤੇ ਕੋ ਲੋਕ ਯਕੀਨ ਕਰਨਗੇ? ਦੇਖੋ ਜੀ, ਇਹ ਜਿੱਦਾਂ ਦੇ ਵਾਰਦਾਤ ਆ, ਫਿਰ ਜਿੱਦਾਂ ਦੇ ਕੰਮ ਕਰਦੇ ਆ ਉੱਦਾਂ ਫਿਰ ਲੋਕ ਮਨ ਤੋੜਦੇ ਹੀ ਆਪਣਾ। ਸਰ ਇੱਕ ਹੋਰ ਨਹੀਂ, ਕਿਸੇ ਨੇ ਨਹੀਂ ਕੱਢਣਾ ਜੀ, ਇਹਨੂੰ ਅੰਦਰ ਜਾਣ ਨਹੀਂ ਦੇਣਾ, ਕਿਉਂਕਿ ਬੋਤਲ ਰੋਏ ਸ਼ੈਗ ਦੀ ਹਾਫ ਨਾਲੋਂ ਜਦ ਉਹਨਾਂ ਨੇ ਬੈਗ ਦੇ ਵਿੱਚ ਹੈਗੀ। ਡਿਊਟੀ ਅਫਸਰ ਸਾਹਿਬ ਮੌਕੇ ਤੇ ਆਪ ਟੰਗ ਮੈਂ ਹੈਗੀ ਆ, ਮੈਂ ਆਪ ਦੇਖੀ ਆ ਯਾਰ, ਮੈਂ ਦੇਖੀ ਆ, ਮੈਨੂੰ ਮੈਂ ਆ ਮੌਕੇ ਤੇ ਦੇਖੀ ਆ, ਉਹਦੀ ਪੀਤੀ ਵੀ ਆ। ਉਹਦੀ ਪਹਿਲਾਂ ਮਿਲੀ ਸੀ ਸਤਵਿੰਦਰ ਸਿੰਘ ASI ਨੂੰ, ਉਹਦੀ ਡਿਊਟੀ ਲੱਗੀ ਸੀ ਇਲੈਕਸ਼ਨ ਡਿਊਟੀ ਦੇ ਸੰਬੰਧ ਰੈਸਲ 'ਚ, ਇਸ ਕਰਕੇ ਵੀਰ ਜੀ ਉਹ ਬੈਗ ਦੇ ਵਿੱਚ ਕਾਗਜ਼ ਹੈ, ਹੋਰ ਤਾਂ ਨਹੀਂ ਕੁਝ? ਨਾ, ਬੈਗ ਖੋਲ ਕੇ ਸਾਨੂੰ ਦਿਖਾ ਦਿਓ। ਨਹੀਂ ਨਹੀਂ ਸਰ, ਤੁਸੀਂ ਆ ਵੇਖ ਲਓ। ਨਹੀਂ ਦਿਖਾਓ ਜੀ, ਕੋਈ ਨਹੀਂ ਬੈਗ ਰੱਖੋ, ਤੁਸੀਂ ਆਪ ਆਪਣੇ ਹੱਥਾਂ ਨਾਲ ਖੋਲੋ। ਉਹ ਛੱਡੋ ਜਨਾਬ, ਤੁਸੀਂ ਅਫਸਰ ਜੇ ਤੁਸੀਂ ਜਾਣ ਦਿਓ ਯਾਰ, ਅਫਸਰ ਜੇ ਯਾਨੀ ਕਿ ਤੁਸੀਂ ਮੰਨਦੇ ਹੋ ਬੋਤਲ? ਅਫਸਰ ਹੋ ਸਾਡੇ ਤੇ ਮੰਨਦੇ ਹੋ ਕਿ ਬੋਤਲ ਹੈ? ਬੋਤਲ ਮੰਨਦੇ ਹੋ? ਨਹੀਂ ਨਹੀਂ ਨਹੀਂ, ਅਫਸਰ ਜੇ ਸਾਡੇ ਤੇ ਨਹੀਂ। ਨਹੀਂ ਅਫਸਰ ਜੀ ਠੀਕ ਹੈ, ਅਫਸਰ ਜੀ, ਲੇਕਿਨ ਮੌਕੇ ਦੇ ਵਾਰਦਾਤ ਤੇ ਆਏ ਹੋ ਤੁਸੀਂ, ਪਰ ਇੰਨੇ ਸਮੇਂ ਬਾਅਦ ਨਾਲ ਹੱਥ ਦੇ ਨਹੀਂ ਜਨਾਬ। ਗੱਲ ਪਤਾ ਕੀ ਹੈ ਜੀ, ਗੱਲ ਸੁਣੋ ਮੇਰੀ, ਸਾਹਿਬ ਬਹਾਦਰ, ਸਾਹਿਬ ਬਹਾਦਰ ਗੱਲ ਸੁਣੋ। ਦੇਖੋ ਜਨਾਬ ਗੱਲ ਸੁਣੋ, ਗੱਲ ਕੋਈ ਨਹੀਂ ਹੈਗੀ, ਗੱਲ ਕੁਛ ਵੀ ਨਹੀਂ ਹੈ, ਤੇ ਐਵੇਂ ਸਾਨੂੰ ਕਾਰਵਾਈ ਕਰ ਲੈਣ ਦਿਓ। ਨਹੀਂ, ਅਸੀਂ ਤੁਹਾਨੂੰ ਕਾਰਵਾਈ ਤੋਂ ਨਹੀਂ ਰੋਕ ਰਹੇ, ਅਸੀਂ ਜਿਹੜੀ ਇਹ ਗੱਲ ਕਹਿ ਰਹੇ ਕਿ ਤੁਸੀਂ ਮੌਕੇ ਤੇ ਆਏ ਹੋ, ਤੁਸੀਂ ਆਪਣਾ ਬੈਗ ਆਪ ਖੋਲ ਸਕਦੇ ਆਪਣੇ ਹੱਥਾਂ ਨਾਲ ਕਿ ਅਸੀਂ ਖੋਲੀਏ? ਮੈਂ ਖੋਲ ਕੇ ਦਿਖਾਤਾ ਜਨਾਬ। ਬੋਲੋ ਸਰ, ਸਾਰੇ ਖੜੇ ਨੇ।